ਰੁਪਿੰਦਰ ਸਿੰਘ ਗਰੇਵਾਲ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਐਫ ਆਈ ਆਰ ਨੰਬਰ 193/216 ਪੁਲਿਸ ਸਟੇਸ਼ਨ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਕੈਦੀ ਜਗਤਾਰ ਸਿੰਘ ਜੱਗੀ ਜਾਲ ਨੂੰ ਵੇਲ ਦਿੱਤੀ ਗਈ ਹੈ। ਜੱਗੀ ਜਾਲ ਨੂੰ ਇਸ ਕੇਸ ਵਿੱਚ 4 ਨਵੰਬਰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇਸ ਸਮੇਂ ਉਹ ਸੈਂਟਰਲ ਜੇਲ੍ਹ ਨੰਬਰ 1 ਤਿਹਾਰ ਨਵੀਂ ਦਿੱਲੀ ਵਿੱਚ ਸਨ। ਉਹਨਾਂ ਨੂੰ ਇੱਕ ਕੇਸ ਵਿੱਚ ਰਿਹਾਈ ਮਿਲ ਚੁੱਕੀ ਹੈ ਅਤੇ 8 ਐੱਨ ਆਈ ਏ ਕੇਸ ਉਹਨਾਂ ਦੇ ਖਿਲਾਫ਼ ਚੱਲ ਰਹੇ ਨੇ। ਇਸ ਸਭ ਲਈ ਭਾਈ ਜਸਪਾਲ ਸਿੰਘ ਮੰਝਪੁਰ ਨੇ ਐਡਵੋਕੇਟ ਮਨਦੀਪ ਕੌਸ਼ਿਕ ਦਾ ਧੰਨਵਾਦ ਕੀਤਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਭਰ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਸਮੂਹ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਅਤੇ ਯਤਨਾਂ ਅਤੇ ਅਰਦਾਸਾਂ ਦੇ ਸਦਕਾ ਅੱਜ ਜਗਤਾਰ ਸਿੰਘ ਜੱਗੀ ਜੌਲ ਦੀ ਜ਼ਮਾਨਤ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਇਹ ਕੇਸ ਉਹ ਸੀਗਾ ਜਿਸ ਵਿੱਚ ਜਗਤਾਰ ਸਿੰਘ ਜੌਲ ਨੂੰ ਅੱਜ ਤੋਂ 3 ਸਾਲ ਤੋਂ ਵੱਧ ਸਮੇਂ 4 ਨਵੰਬਰ 2017 ਨੂੰ ਅਰੈਸਟ ਕੀਤਾ ਗਿਆ ਸੀ। ਬਾਘਾ ਪੁਰਾਣੇ ਥਾਣੇ ਦਾ ਐੱਫ ਆਈ ਆਰ ਨੰਬਰ 193/16 ਅਧੀਨ ਧਾਰਾ ਆਰਮਜ਼ ਐਕਟ ਅਤੇ UAP ਐਕਟ ਦੇ ਵਿੱਚ ਦਰਜ ਕੀਤਾ ਗਿਆ ਸੀਗਾ। ਉਸ ਕੇਸ ਦੇ ਵਿੱਚੋਂ ਜਗਤਾਰ ਸਿੰਘ ਜੌਲ ਨੂੰ ਠੀਕ 3 ਸਾਲ ਅਤੇ 2 ਦਿਨ ਬਾਅਦ ਜਿਹੜੀ ਆ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਆ। ਪਹਿਲਾਂ ਇਹ ਜ਼ਮਾਨਤ ਮੋਗੇ ਲਗਾਈ ਗਈ ਸੀ ਜਿਹੜੀ ਕਿ ਖਾਰਜ ਹੋ ਗਈ ਸੀ ਅਤੇ ਬਾਅਦ ਦੇ ਵਿੱਚ ਐਡਵੋਕੇਟ ਸ਼੍ਰੀ ਮਨਦੀਪ ਕੌਸ਼ਿਕ ਵੱਲੋਂ ਇਹ ਜ਼ਮਾਨਤ ਭਾਈ ਜਗਤਾਰ ਸਿੰਘ ਜੱਗੀ ਜੌਲ ਦੀ ਹਾਈਕੋਰਟ 'ਚ ਲਾਈ ਗਈ ਸੀ, ਜਿਹਦਾ ਪਿਛਲੇ ਦਿਨੀ ਬਹਿਸ ਹੋ ਗਈ ਸੀ। ਅੱਜ ਤਕਰੀਬਨ ਔਡਰ 'ਤੇ ਹੀ ਤਰੀਕ ਰੱਖੀ ਗਈ ਸੀ ਅਤੇ ਅੱਜ ਜਸਟਿਸ ਅਨੂਪਿੰਦਰ ਗਰੇਵਾਲ ਨੇ ਇਹ ਔਡਰ ਕਰਕੇ ਜਗਤਾਰ ਸਿੰਘ ਜੱਗੀ ਜੌਲ ਨੂੰ ਉਹਦੇ ਅਰੈਸਟ ਵਾਲੇ ਕੇਸ ਦੇ ਵਿੱਚ ਇਹ ਜ਼ਮਾਨਤ ਦੇ ਦਿੱਤੀ ਆ। ਅਤੇ ਇਹ ਵੀ ਜਾਣਕਾਰੀ ਨਾਲ ਦੀ ਨਾਲ ਹੈ ਕਿ ਉਹਦਾ ਇਹ ਕੇਸ ਡਿਸਚਾਰਜ ਹੋ ਗਿਆ। ਅਰੈਸਟ ਵਾਲੇ ਕੇਸ 'ਚ ਜਿਹਦੇ ਵਿੱਚ ਚਾਰਜ ਫਰੇਮ ਹੋ ਗਏ ਸੀ ਉਹਦੇ 'ਚ ਉਹਨੂੰ ਜ਼ਮਾਨਤ ਮਿਲ ਗਈ ਆ ਅਤੇ 8 ਕੇਸ NIA ਦੇ ਪੈਂਡਿੰਗ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ, ਸਤਿਗੁਰੂ ਸੱਚੇ ਪਾਤਸ਼ਾਹ ਦਾ, ਸਭ ਤੋਂ ਵੱਧ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੀਆਂ ਅਰਦਾਸਾਂ ਸੁਣਨ ਤੋਂ ਨੂੰ ਮਨਜ਼ੂਰ ਕਰਦਿਆਂ ਹੋਇਆ ਅਤੇ ਇਹ ਅੱਜ ਜ਼ਮਾਨਤ ਝੋਲੀ ਪਾਈ ਆ। ਸੋ ਬਾਕੀ ਕੇਸਾਂ ਦੇ ਵਿੱਚੋਂ ਵੀ ਇਸੇ ਤਰ੍ਹਾਂ ਸੁਚੱਜੀ ਕਾਨੂੰਨੀ ਚਾਰਾਜੋਈ ਕਰਦੇ ਹੋਏ ਇਹ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਆ ਉਹ ਕਿਰਪਾ ਕਰਨਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਬਹੁਤ ਬਹੁਤ ਮੁਬਾਰਕਾਂ, ਖਾਸ ਤੌਰ 'ਤੇ ਪਰਿਵਾਰ ਨੂੰ ਅਤੇ ਸਾਡੀ ਛੋਟੀ ਭੈਣ ਗੁਰਪ੍ਰੀਤ ਕੌਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।